10 ਤਰੀਕ ਨੂੰ ਚੱਕਾ ਜਾਮ ਕਰਨ ਬਾਰੇ ਉਹਦੇ ਬਾਰੇ ਕੀ ਸੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਟ੍ਰਾਂਸਪੋਰਟ ਵਿੰਗ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਬੱਸ ਸਟੈਂਡ ਵਿੱਚ ਜੋ ਕਿ ਸਰਕਾਰ ਨੇ ਸਾਡੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨਾਲ ਧੱਕਾ ਕੀਤਾ ਵਾ, ਉਸ ਦੇ ਵਿਰੁੱਧ ਸਾਡੀ ਇੱਕ ਟ੍ਰਾਂਸਪੋਰਟ ਮੀਟਿੰਗ ਨੇ ਮਤਾ ਤੈਅ ਕੀਤਾ ਕਿ 9 ਤਰੀਕ ਨੂੰ ਸਾਰੀਆਂ ਬੱਸਾਂ ਪ੍ਰਾਈਵੇਟ ਜਿਹੜੀਆਂ ਉਹ ਚੱਕਾ ਜਾਮ ਕੀਤਾ ਜਾਊਗਾ, ਜਦ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਣਗੇ। ਇਹ ਜੋ ਸਰਕਾਰ ਆ ਸਾਡੇ ਟ੍ਰਾਂਸਪੋਰਟਾਂ ਦੇ ਨਾਲ ਬਹੁਤ ਧੱਕਾ ਕਰ ਰਹੀ ਆ, ਜੋ ਕਿ ਇਹਨਾਂ ਸਰਕਾਰੀ ਬੱਸਾਂ ਨੂੰ ਜਿਹੜੀ ਲੇਡੀਜ਼ ਫ੍ਰੀ ਕੀਤੀਆਂ ਹੋਈਆਂ ਉਹਦੇ ਕਾਰਨ ਸਾਡੀਆਂ ਜਿਹੜਾ ਧੱਲਾ ਵਾ ਬਿਲਕੁਲ ਚੌਟ ਹੋ ਰਿਹਾ ਵਾ। ਸਾਡਾ ਜਿਹੜਾ ਡਰਾਈਵਰ ਭਾਈਚਾਰਾ ਵਾ ਇਹ ਸੜਕਾਂ 'ਤੇ ਆ ਗਿਆ ਵਾ। ਸਾਡਾ ਆਧਾਰ ਕਾਰਡ ਦਾ ਜਿਹੜੀ ਸ਼ੁਰੂਆਤ ਕੀਤੀ ਆ ਸਰਕਾਰ ਨੇ ਬਹੁਤ ਗਲਤ ਵਾ, ਇਹਦੇ ਕਾਰਨ ਸਾਡੀਆਂ ਬੱਸਾਂ ਜਿਹੜੀਆਂ ਬਿਲਕੁਲ ਘਟੀ ਜਾ ਰਹੀਆਂ। ਸਾਰਾ ਸਾਡਾ ਟ੍ਰਾਂਸਪੋਰਟ ਏਰੀਆ ਜੋ ਆ 9 ਤਰੀਕ ਨੂੰ ਸੰਪੂਰਨ ਭਰ ਕੇ ਬੰਦ ਕੀਤਾ ਜਾਊਗਾ। 9 ਤੋਂ ਲੈ ਕੇ 14 ਤੱਕ ਜੋ ਸਾਡੀ ਕਮੇਟੀ ਨੇ ਮੀਟਿੰਗ ਤੈਅ ਕੀਤੀ ਆ, ਅਤੇ ਨਾਲ ਇੱਕ ਉਹਨਾਂ ਨੇ ਮੁੱਦਾ ਰੱਖਿਆ ਕਿ 14 ਤਰੀਕ ਨੂੰ ਇੱਕ ਬੱਸ ਨੂੰ ਖੜ੍ਹੀ ਕਰਕੇ ਅੱਗ ਲਾਈ ਜਾਊਗੀ। ਉਹ ਮੌਜੂਦਾ ਹੈ ਜੇ ਸਾਡੀ ਸਰਕਾਰ ਨੇ ਨਾ ਸੁਣਾਈ ਕੀਤੀ, ਅਤੇ ਨਾ ਹੀ ਅਸੀਂ ਇਕੱਠੇ ਆਪਦੇ ਨਾਲ ਖੜ੍ਹੀਆਂ ਕਰ ਰਹੇ ਹਾਂ, ਨਾ ਹੀ ਚੱਲਣਾ ਵਾ ਅਤੇ ਨਾ ਚੱਲਣ ਦੇਣਾ ਵਾ। ਇਹਦੇ ਬਾਅਦ ਅਸੀਂ ਸਰਕਾਰ ਨੂੰ ਸੂਚਿਤ ਕਰਦੇ ਹਾਂ, ਜੇ ਸਾਡਾ ਸਰਕਾਰ ਨਾ ਕੋਈ ਨਿਆਂ ਕਰੂਗੀ ਤਾਂ ਅਸੀਂ ਸੜਕਾਂ 'ਤੇ ਹੀ ਰਹਾਂਗੇ। ਧੰਨਵਾਦ।